ਤਰ੍ਹਾਂ ਦੇਖਦੇ ਹੋ ਪ੍ਰਚਾਰ ਆਖਰੀ ਚਰਨ ਵੱਲ ਵੱਧ ਰਿਹਾ, ਕਿਸ ਤਰ੍ਹਾਂ ਦਾ ਮਾਹੌਲ ਲੱਗਿਆ, ਕੀ ਕਹਿ ਰਹੀ ਆ ਬਠਿੰਡੇ ਦੀ ਐਤਕੀ ਹਵਾ? ਇੱਕ ਹਫ਼ਤਾ ਰਹਿ ਗਿਆ ਹੁਣ ਤੇ ਸਰਤੇ ਪੂਰਾ ਜ਼ੋਰ ਲਾਉਂਦੇ ਹਨ ਕਿ ਮੁਕਾਬਲਾ ਕਿਸ ਨਾਲ ਮੰਨਦੇ ਹੋ? ਬਾਦਲ ਪਰਿਵਾਰ ਕਹਿ ਰਿਹਾ ਕਿ ਅਸੀਂ ਬਠਿੰਡੇ ਨੂੰ ਮਿੰਨੀ ਚੰਡੀਗੜ੍ਹ ਬਣਾਤਾ, ਕਿੰਨਾ ਕੁ ਵਿਕਾਸ ਹੋਇਆ? ਇਹ ਚੀਜ਼ਾਂ ਸਵੇਰੇ ਸਵੇਰੇ ਮਜ਼ਾਕ ਨਾ ਕਰਿਆ ਕਰੋ। ਹਰਸਿਮਰਤ ਕੌਰ ਵੱਲ ਦਾ ਰਾਧਾ ਬਿਆਨ ਆ, ਕਹਿੰਦੇ ਪ੍ਰਧਾਨ ਸਾਹਿਬ ਤੇ ਉਹਦੇ ਪੋਸਟਰ ਲਾ ਕੇ ਸੀ, ਉਹਨਾਂ ਦਾ ਪ੍ਰਚਾਰ ਕਰ ਰਹੇ ਸੀ, ਉਹਨਾਂ ਦਾ ਪਰਿਵਾਰ ਡੋਰ ਟੂ ਡੋਰ, ਅਜਿਹੀ ਕਿਹੜੀ ਸੈਟਿੰਗ ਹੋ ਗਈ? ਕਹਿੰਦੇ ਰਾਤੋਂ ਰਾਤ ਸਮਝੌਤਾ ਹੋ ਗਿਆ। ਕਿਹੜਾ ਸਮਝੌਤਾ ਹੋਇਆ? ਮੇਰੀ ਪਾਰਟੀ ਦੇ ਹਾਈ ਕਮਾਂਡ ਨੇ ਮੈਨੂੰ ਟਿਕਟ ਦੇ ਦਿੱਤਾ। ਇਹ ਕਿਹੜਾ ਤੁਹਾਡੀ ਆਪਦੀ ਘਰ ਦੀ ਪਾਰਟੀ ਹੈ ਜਿਹੜੀ ਡਾਇਨਿੰਗ ਟੇਬਲ ਤੇ ਬੈਠ ਕੇ ਟਿਕਟ ਵੰਡਦੀ ਹੈ? ਐਮਪੀ ਫਿਰ 2014 'ਚ ਬਣੀ ਮੇਰੇ ਕਰਕੇ। ਕਹਿੰਦੇ ਪੰਥ ਦੀ ਪਾਰਟੀ ਕਿਉਂ ਦਿਖਦੀ ਹੈ ਨਾ? ਪੰਥ ਕਿਹੜਾ, ਕਿੱਥੇ ਪੰਥ ਇਹਨਾਂ ਦਾ? ਮੀਆਂ ਬੀਬੀ ਦੀ ਪਾਰਟੀ ਹੈ ਤਾਂ। ਇਹਨੇ ਕਿਹਾ ਸੀ ਨਾ ਕਿ ਜਿਹਨੇ ਬੇਅਦਬੀ ਕੀਤੀ ਉਹਦਾ ਕੱਖ ਨਾ ਰਹੇ, ਜਿਹਨੇ ਕਰਵਾਈ ਉਹਦਾ ਕੱਖ ਨਾ ਰਹੇ, ਬਾਦਲ ਕਿਆ ਕੱਖ ਨਾ ਰਹਿ ਰਿਹਾ। ਸੁਖਬੀਰ ਸਿੰਘ ਬਾਦਲ ਗੁਰਦੁਆਰਾ ਤਖ਼ਤ ਸਾਹਿਬ ਤੇ ਜਾਵੇ ਕਹੇ, ਮੈਂ ਕਿਸੇ ਹਾਲਤ 'ਚ ਵੀ ਬੀਜੇਪੀ ਨਾਲ ਮੈਂ ਸਮਝੌਤਾ ਨਹੀਂ ਕਰੂੰਗਾ। ਜੇ ਕੱਲ੍ਹ ਤਖ਼ਤ ਸਾਹਿਬ ਤੇ ਜਾ ਕੇ ਸੌਖ ਆ ਜਾਂਦਾ, ਫਿਰ ਤਾਂ ਸ਼ਾਇਦ ਪੰਜਾਬ ਤੇ ਸਿੱਖ ਮੰਨ ਜਾਣ। ਆਮ ਆਦਮੀ ਪਾਰਟੀ 13-0 ਦਾ ਨਾਰਾ ਦੇ ਰਹੀ ਹੈ, ਕਹਿੰਦੇ 13-0 ਹੋਏਗਾ ਤਾਂ ਬਠਿੰਡਾ ਜੀ। ਭਗਵੰਤ ਮਾਨ ਗਲਤ ਕਹਿ ਗਏ, 0-13 ਕਹਿਣਾ ਸੀ। ਲੋਕੀ ਸਮਝਦਾਰ ਹੋ ਗਏ ਨੇ, ਜੋ 2022 'ਚ ਕੀਤਾ ਹੁਣ ਐਤਕੀ ਨਹੀਂ ਕਰਦੇ। ਲੋਕੀ ਪਿੰਡਾਂ 'ਚ ਨਹੀਂ ਬਣਦੇ ਨੇ, ਸਵਾਲ ਪੁੱਛ ਰਹੇ। ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਆਖਰੀ ਦਮ ਤੇ ਪਹੁੰਚ ਚੁੱਕਿਆ। ਬਠਿੰਡਾ ਦੀ ਹੌਟ ਸੀਟ ਤੇ ਆ ਤਾਂ ਸਾਡੇ ਨਾਲ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਗੱਲਬਾਤ ਕਰਦੇ ਆ। ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ, ਬੜੇ ਤਿੱਖੇ ਹਮਲੇ ਨੇ ਜਿਹੜੇ ਲੀਡਰਾਂ ਦੇ ਇੱਕ ਦੂਜੇ ਤੇ ਹੋ ਗਏ ਨੇ। ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਪੋਕਸਮੈਨ ਦੀ। ਧੰਨਵਾਦ ਜੀ, ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਦੇਖਦੇ ਹੋ ਪ੍ਰਚਾਰ ਆਖਰੀ ਚਰਨ ਵੱਲ ਵੱਧ ਰਿਹਾ, ਕਿਸ ਤਰ੍ਹਾਂ ਦਾ ਮਾਹੌਲ ਲੱਗਿਆ, ਕੀ ਕਹਿ ਰਹੀ ਆ ਬਠਿੰਡੇ ਦੀ ਐਤਕੀ ਹਵਾ? ਦੇਖੋ ਜੀ, ਬੜਾ ਅੱਛਾ ਇਲੈਕਸ਼ਨ ਲੜਿਆ ਜਾ ਰਿਹਾ, ਖਾਸ ਕਰਕੇ ਮੇਰੇ ਕਾਂਗਰਸ ਦੇ ਵਰਕਰਸ ਕੰਨਿਓ, ਤੇ ਇੱਕ ਹਫ਼ਤਾ ਰਹਿ ਗਿਆ ਹੁਣ ਤੇ ਸਰਤੇ 'ਚ ਪੂਰਾ ਜ਼ੋਰ ਲਾਉਂਦੇ ਹਨ ਕਿ ਤੇ ਅੱਛਾ ਰਿਜ਼ਲਟ ਆਊਗਾ। ਕਿਹੜੀਆਂ ਉਹ ਚੀਜ਼ਾਂ ਰਹਿਣਗੀਆਂ ਜਿਹੜੀਆਂ ਬਠਿੰਡੇ ਨੂੰ ਪਹਿਲ ਦੇ ਆਧਾਰ ਤੇ ਲੈ ਕੇ ਆਵੋਗੇ, ਜੇਕਰ ਬਠਿੰਡੇ ਦੇ ਲੋਕ ਤੁਹਾਡੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ, ਤੁਹਾਡੀ ਕਿਸਮਤ ਜਾਗਦੀ ਆ, ਕੀ ਰਹਿਣਗੇ? ਦੇਖੋ ਜੀ, ਲੱਗੇ ਹੋਏ ਆ, ਇੱਕ ਵਿਜ਼ਨ ਡਾਕੂਮੈਂਟ ਤਿਆਰ ਕਰ ਰਹੇ ਹਾਂ ਕਿ 9 ਹਲਕੇ ਨੇ ਤੇ ਹਰ ਹਲਕੇ 'ਚ ਕੀ ਲੋੜਾਂ ਨੇ ਤੇ ਕੀ ਲੋਕਾਂ ਦੀ ਡਿਮਾਂਡ ਹੈ, ਤੇ ਉਹਦੇ ਮੁਤਾਬਕ ਇੱਕ ਸਿਸਟਮ ਸੈੱਟ ਕਰਕੇ, ਕਿਉਂਕਿ ਹਰ ਹਲਕੇ ਦਾ ਆਪਦਾ ਆਪਣਾ ਸਿਸਟਮ ਹੈ, ਆਪਣੀ ਆਪਦੀ ਡਿਮਾਂਡ ਹੈ, ਜ਼ਰੂਰਤ ਹੈ, ਉਹਦੇ ਮੁਤਾਬਕ ਉਹਨਾਂ ਨੂੰ ਪੂਰਾ ਕੀਤਾ ਜਾਏਗਾ। ਮਾਨਸਾ ਇਲਾਕਾ ਪਾਣੀ ਦੇ ਨਾਲ ਵੀ ਬਹੁਤ ਡੁੱਬਦਾ, ਪਾਣੀ ਦੀ ਬਹੁਤ ਵੱਡੀ ਮਾਰ ਹੈ, ਕੀ ਉਹ ਸਮੱਸਿਆ ਦਾ ਹੱਲ ਹੋ ਸਕਦਾ? ਜਿਵੇਂ ਹੁਣ ਬਠਿੰਡੇ ਦਾ ਮਸਲਾ ਹੱਟ ਹੈ, ਮਾਨਸੇ ਦਾ ਮਸਲਾ ਹੱਟ ਹੈ, ਤਲਵੰਡੀ ਦਾ ਮਸਲਾ ਹੱਟ ਹੈ, ਲੰਬੀ ਦਾ ਮਸਲਾ ਹੱਟ ਹੈ, ਸੋ ਇਹ ਸਾਰਾ ਕੁਛ ਸਾਡਾ ਕੰਮ ਚੱਲ ਰਿਹਾ। ਆਲਰੇਡੀ ਇੱਕ ਟੀਮ ਬਿਠਾ ਚੁੱਕੇ ਹਾਂ ਕਿ ਵੀ ਜਾਓ, ਉਹ ਵਿਜ਼ਿਟ ਕਰ ਰਹੇ ਨੇ, ਲੋਕਾਂ ਨੂੰ ਪੁੱਛ ਵੀ ਰਹੇ ਨੇ ਤੇ ਆਪ ਵੀ ਦੇਖ ਰਹੇ ਨੇ, ਤੇ ਮੈਂ ਸਮਝਦਾ ਕਿ ਬੜਾ ਜਲਦੀ ਉਹ ਸਾਡੇ ਕੋਲ ਡਾਕੂਮੈਂਟ ਤਿਆਰ ਹੋ ਜਾਏਗਾ। ਮੁਕਾਬਲਾ ਕਿਸ ਨਾਲ ਮੰਨਦੇ ਹੋ? ਹਰਸਿਮਰਤ ਕੌਰ ਬਾਦਲ ਵੀ ਫਿਰ ਚੋਣ ਮੈਦਾਨ 'ਚ ਨੇ, ਇਲੈਕਸ਼ਨ ਲੜਦੇ ਹੋ ਨਾ, ਸਾਰੇ ਉਮੀਦਵਾਰਾਂ ਨਾਲ ਹੀ ਮੁਕਾਬਲਾ ਹੁੰਦਾ, ਪਰ ਤੁਹਾਡੀ ਕੀ ਪੋਜੀਸ਼ਨ ਹੈ? ਤੁਸੀਂ ਆਪਦੇ ਤਾਕਤ ਤੇ ਆਪਦੀ ਸਟਰੈਂਥ ਤੇ ਇਲੈਕਸ਼ਨ ਲੜਦੇ ਹੋ, ਨਾ ਕਿ ਤੁਸੀਂ ਵਿਰੋਧੀਆਂ ਦੀ ਕਿਸੇ ਵੀਕਨੈਸ ਤੇ ਜਾਂ ਉਸ ਤੇ। ਸੋ ਮੈਂ ਸੋਚ ਰਿਹਾ ਕਿ ਅਸੀਂ ਆਪਦੀ ਸਟਰੈਂਥ ਤੇ ਇਲੈਕਸ਼ਨ ਲੜ ਰਹੇ ਹਾਂ, ਸੋ ਅਸੀਂ ਕਾਮਯਾਬ ਹੋਵਾਂਗੇ। ਕਹਿੰਦੇ ਬਾਦਲ ਪਰਿਵਾਰ ਕਹਿ ਰਿਹਾ ਕਿ ਅਸੀਂ ਬਠਿੰਡੇ ਨੂੰ ਮਿੰਨੀ ਚੰਡੀਗੜ੍ਹ ਬਣਾਤਾ, ਕਿੰਨਾ ਕੁ ਵਿਕਾਸ ਹੋਇਆ? ਇਹ ਜਿਹੀਆਂ ਚੀਜ਼ਾਂ ਸਵੇਰੇ ਸਵੇਰੇ ਮਜ਼ਾਕ ਨਾ ਕਰਿਆ ਕਰੋ। ਕਾਸ਼ ਮਿੰਨੀ ਚੰਡੀਗੜ੍ਹ ਛੱਡੋ, ਇਹ ਬਠਿੰਡਾ ਹੀ ਸਹੀ ਬਣ ਜਾਂਦਾ,
ਬਠਿੰਡੇ ਨੂੰ ਚੰਡੀਗੜ੍ਹ ਬਣਾਉਣ ਦੀ ਲੋੜ ਨਹੀਂ, ਬਠਿੰਡੇ ਨੂੰ ਬਠਿੰਡਾ ਬਣਾਉਣ ਦੀ ਲੋੜ ਹੈ। ਬਠਿੰਡੇ ਦੀ ਆਪਣੀ ਆਪਦੀ ਪਹਿਚਾਣ ਹੈ, ਆਪਦਾ ਕਲਚਰ ਹੈ। ਲੋਕੀ ਬਠਿੰਡੇ ਵਾਲੇ ਖੁਦ ਪ੍ਰਾਊਡ ਨੇ ਕਿ ਅਸੀਂ ਬਠਿੰਡੇ ਤੋਂ ਬਿਲੋਂਗ ਕਰਦੇ ਹਾਂ। ਸੋ ਸਾਨੂੰ ਚੰਡੀਗੜ੍ਹ ਬਣਾਉਣ ਦੀ ਲੋੜ ਨਹੀਂ, ਸਾਨੂੰ ਜੋ ਬਠਿੰਡਾ ਉਹੀ ਸਾਡੇ ਕੋਲ ਰਹਿਣ ਦੇ, ਬਦਲ ਕੇ ਇਹੀ ਬਹੁਤ ਹੈ। ਕਹਿੰਦੇ ਜੀ ਰਾਤੋ ਰਾਤ ਸੈਟਿੰਗ ਹੋ ਗਈ, ਪ੍ਰਧਾਨ ਜੀ ਦੇ ਕਹਿੰਦੇ ਪੋਸਟਰ ਲੱਗੇ ਹੋਏ ਸੀ ਬਠਿੰਡੇ ਦੇ ਵਿੱਚ, ਹਰਸਿਮਰਤ ਕੌਰ ਵੱਲ ਦਾ ਰਾਤ ਦਾ ਬਿਆਨ ਆ। ਕਹਿੰਦੇ ਪ੍ਰਧਾਨ ਸਾਹਿਬ ਦੇ ਉਹਦੇ ਪੋਸਟਰ ਲੱਗ ਗਏ ਸੀ, ਉਹਨਾਂ ਦਾ ਪ੍ਰਚਾਰ ਕਰ ਰਹੇ ਸੀ, ਉਹਨਾਂ ਦਾ ਪਰਿਵਾਰ ਡੋਰ ਟੂ ਡੋਰ, ਅਜਿਹੀ ਕਿਹੜੀ ਸੈਟਿੰਗ ਹੋ ਗਈ? ਕਹਿੰਦੇ ਰਾਤੋ ਰਾਤ ਸਮਝੌਤਾ ਹੋ ਗਿਆ। ਕਿਹਦੇ ਨਾਲ? ਨਹੀਂ ਕਿਹਦੇ ਨਾਲ ਸਮਝੌਤਾ ਹੋ ਗਿਆ? ਸਮਝੌਤਾ ਮੈਂ ਤੁਹਾਨੂੰ ਪੁੱਛ ਰਿਹਾ, ਤੁਸੀਂ ਕਹਿ ਰਹੇ ਨੇ, ਤੁਹਾਨੂੰ ਸਵਾਲ ਪੁੱਛ ਰਹੇ ਨੇ, ਕਹਿੰਦੇ ਰਾਤੋ ਰਾਤ ਸਮਝੌਤਾ ਹੋ ਗਿਆ ਕਾਂਗਰਸ ਲਾਗਾਂ ਦੇ, ਕਿਹਦੇ ਨਾਲ ਸਮਝੌਤਾ ਹੋ ਗਿਆ? ਇਹ ਤਾਂ ਦੱਸਿਓ, ਉਹ ਕੁਛ ਏਡੀ ਚ ਕੰਮ ਕਰਦੀ ਹੈ, ਕਿਹੜਾ ਸਮਝੌਤਾ ਹੋਇਆ? ਮੇਰੀ ਪਾਰਟੀ ਦੇ ਹਾਈ ਕਮਾਂਡ ਨੇ ਮੈਨੂੰ ਟਿਕਟ ਦਿੱਤਾ, ਇਹ ਕਿਹੜਾ ਤੁਹਾਡੀ ਆਪਦੀ ਕਰਦੀ ਪਾਰਟੀ ਹੈ ਜਿਹੜੀ ਡਾਇਨਿੰਗ ਟੇਬਲ ਤੇ ਬੈਠ ਕੇ ਟਿਕਟ ਵੰਡਦੀ ਹੈ? ਤੇਰੇ ਤਾਂ ਘਰ ਵਾਲੇ ਨੀ ਦੇਣੀ ਤੈਨੂੰ ਟਿਕਟ, ਠੀਕ ਹੈ ਨਾ? ਤੈਨੂੰ ਕੀ ਪ੍ਰੋਬਲਮ ਹੈ ਲੜ ਇਲੈਕਸ਼ਨ? ਸਾਡੀ ਲੀਡਰਸ਼ਿਪ ਨੇ ਸਾਨੂੰ ਟਿਕਟ ਦਿੱਤੀ, ਅਸੀਂ ਲੜ ਰਹੇ ਹਾਂ, ਬਾਕੀ ਲੋਕੀ ਫੈਸਲਾ ਕਰਦੇ ਨੇ। ਕਹਿੰਦੇ ਖੇਤਰੀ ਪਾਰਟੀ ਹੀ ਕਿਉਂ ਦੇਖਦੀ ਆ? ਕਾਂਗਰਸ ਨੇ ਟਿਕਟ ਵੀ ਸਾਡੇ ਪਾਰਟੀ ਦੇ ਜਿਹੜੇ ਪੁਰਾਣੇ ਸਾਥੀ ਦੇ ਉਹਨੂੰ ਟਿਕਟ ਦਿੱਤੀ, ਉਧਰੋਂ ਬੀਜੇਪੀ ਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਸੀ ਸਿਕੰਦਰ ਮਲੂਕਾ ਦੀ ਨੂੰ, ਉਹਨਾਂ ਨੂੰ ਟਿਕਟ ਦਿੱਤੀ। ਕਹਿੰਦੇ ਪੰਥ ਦੀ ਪਾਰਟੀ ਹੀ ਕਿਉਂ ਦਿਖਦੀ ਹੈ ਇਹਨਾਂ ਨੂੰ? ਗੱਲ ਪੰਥ ਦੀ ਪਾਰਟੀ ਰਹਿ ਗਈ, ਪਰਿਵਾਰ ਦੀ ਪਾਰਟੀ ਹੈ, ਮੀਆਂ ਬੀਬੀ ਦੀ ਪਾਰਟੀ ਹੈ ਤਾਂ ਕਿਹੜਾ, ਕਿੱਥੇ ਪੰਥ ਇਹਨਾਂ ਦਾ? ਕਿੱਥੇ ਗਿਆ ਆਪਣਾ ਬੇਅਦਬੀ ਦਾ ਮਾਮਲਾ? ਕਿੱਥੇ ਗਿਆ? ਇਹਨੇ ਕਿਹਾ ਸੀ ਨਾ ਕਿ ਜਿਹਨੇ ਬੇਅਦਬੀ ਕੀਤੀ ਉਹਦਾ ਕੱਖ ਨਾ ਰਹੇ, ਜਿਹਨੇ ਕਰਵਾਈ ਉਹਦਾ ਕੱਖ ਨਾ ਰਹੇ, ਬਦਲ ਗਿਆ ਕੱਖ ਨਾ ਰਹਿ ਰਿਹਾ, ਤੇ ਇਸ ਇਲੈਕਸ਼ਨ ਚ ਦੇਖ ਲਿਓ ਜਿੰਨਾ ਬਚਿਆ ਖੁਸ਼ਿਆ ਉਹ ਵੀ ਜਾਊਗਾ। ਤਾਂ ਕਹਿੰਦੇ ਵੀ 7 ਸਾਲ ਕਾਂਗਰਸ ਨੇ ਵੀ ਰਾਜ ਕੀਤਾ, ਹੁਣ ਆਮ ਤਾਂ ਵੀ 2 ਸਾਲ ਦਾ ਹੋ ਗਿਆ। ਕਹਿੰਦੇ ਜੇ ਬੇਅਦਬੀ ਦੇ ਵਿੱਚ ਅਸੀਂ ਗਰਾਹ ਕਰਾਂ, ਸਾਡਾ ਕਿਤੇ ਹੱਥ, ਸਾਨੂੰ ਤਾਂ ਸਜ਼ਾ ਦਓ, ਸਜ਼ਾ ਤਾਂ ਕੋਈ ਮਿਲੂਗੀ? ਉਡੀਕੋ ਇਹਦੀ ਜਲਦੀ ਕੀ ਹੈ ਜਿਹੜੀ ਤੁਹਾਨੂੰ ਸਜ਼ਾ ਤੁਸੀਂ ਕਹਿੰਦੇ ਹੋ ਨਾ, ਤੁਹਾਨੂੰ ਮਿਲੂਗੀ, ਪੱਕਾ ਮਿਲੂਗੀ। ਰੱਬ ਨੇ ਤਾਂ ਦੇਈ ਦਿੱਤੀ ਤੇ ਹੋਰ ਦਊਗਾ, ਤੇ ਆਉਣ ਵਾਲੇ ਸਮੇਂ ਚ ਸਰਕਾਰਾਂ ਵੀ ਦੇਣਗੀਆਂ ਆਉਣ ਦੇ ਟਾਈਮ। ਦਾਵਾ ਕੀਤਾ ਜਾ ਰਿਹਾ ਕਿ ਜਦੋਂ ਅਸੀਂ ਕੇਂਦਰ ਦੇ ਵਿੱਚ ਮੰਤਰੀ ਸੀ, ਏਮਸ ਦਾ ਹਸਪੀਟਲ ਅਸੀਂ ਲੈ ਕੇ ਆਏ ਬਠਿੰਡੇ ਦੇ ਵਿੱਚ, ਇੰਡਸਟਰੀ ਲੈ ਕੇ ਆਏ, ਤਾਂ ਅਸੀਂ ਵਿਕਾਸ ਬਹੁਤ ਕਰ ਦਿੱਤਾ ਬਠਿੰਡੇ ਦੇ ਵਿੱਚ। ਇਹਦੀ ਇੱਕ ਅਚੀਵਮੈਂਟ ਹੈ ਹਰਸਿਮਰਤ ਕੌਰ ਬਾਦਲ ਦੀ ਬਤੌਰ ਕੈਬਨਿਟ ਮੰਤਰੀ, ਕਿ ਇਹਨੇ 3 ਜਿਹੜੇ ਕਿਸਾਨ ਦੇ ਕਾਲੇ ਕਾਨੂੰਨ ਸੀ ਉਹਨਾਂ ਦੇ ਇਹਨੇ ਦਸਖਤ ਕੀਤੇ, ਤੇ ਇਹਨੇ ਆਪਦੀ ਕੁਰਸੀ ਬਚਾਈ, ਨਾ ਕਿ ਇਹ ਖੜੀ ਪੰਜਾਬ ਦੇ ਕਿਸਾਨਾਂ ਦੇ ਨਾਲ। ਇਹ ਹੁਣ ਰਿਕਾਰਡ ਹੈ ਇਹਦਾ, ਇਹਦੇ ਕੋਲ ਕੋਈ ਜਵਾਬ ਨਹੀਂ। ਚੈਲੰਜ ਕਰ ਰਹੇ ਨੇ, ਕਹਿੰਦੇ ਮੇਰੇ ਉਸ ਜਿਹੜਾ ਆਰਡੀਨੈਂਸ ਸੀ, ਬਿੱਲ ਸੀ, ਤੇ ਕਾਨੂੰਨ ਸਭਾ, ਮੇਰੇ ਸਿਗਨੇਚਰ ਦਿਖਾ ਦਿਓ, ਤੁਸੀਂ ਮਿੰਟਸ ਕੱਢ ਕੇ ਦੇਖ ਦਿਓ, ਕਹਿੰਦੀ ਕਿਤੇ ਮੈਂ ਸਪੋਰਟ ਕੀਤੀ ਹੋਊ। ਉਦੋਂ ਰਿਜ਼ਾਈਨ ਕਰ ਦਿੰਦੀ ਨਾ ਮੋਦੀ ਨੂੰ, ਕਹਿੰਦੇ ਪਾਰਟ ਆਫ ਦੀ ਕੈਬਨਿਟ ਸੀ ਜਦੋਂ ਆਰਡੀਨੈਂਸ ਪਾਸ ਹੋਈ ਹੈ, ਠੀਕ ਹੈ ਨਾ? ਹਾਜ਼ਰੀ ਲੱਗੀ ਹੈ ਉੱਥੇ ਕਿ ਇਹ ਕੈਬਨਿਟ ਮੰਤਰੀ ਉੱਥੇ ਮੌਜੂਦ ਸੀ, ਸੋ ਉੱਥੇ ਕੋਈ ਇਹ ਕੋਈ ਕਲਾਸ 4 ਕਲਾਸ 5 ਦੀ ਅਟੈਂਡੈਂਸ ਥੋੜੀ ਹੈ। ਪਾਰਟ ਆਫ ਕੈਬਨਿਟ ਮੀਨਸ ਜਿਹੜੀ ਕੈਬਨਿਟ ਦੀ ਡਿਸੀਜਨ ਹੈ ਉਹ ਸਰਸਮਤੀ ਨਾਲ ਹੋਈ ਹੈ, ਯੂ ਆਰ ਪਾਰਟ ਆਫ ਦੀ ਕੈਬਨਿਟ, ਤੂੰ ਕਿਵੇਂ ਡਿਨਾਈ ਕਰ ਸਕਦੀ ਹੈ? ਸੋ ਗਲਤ ਗੱਲ ਹੈ, ਲੋਕਾਂ ਨੂੰ ਗੁੰਮਰਾਹ ਕਰ ਰਹੇ, ਫਸ ਕੇ ਨੇ ਇਹ ਫਸ ਕੇ ਨੇ। ਇਹਨਾਂ ਨੇ ਬੀਜੇਪੀ ਨਾਲ ਟਾਈ ਅਪ ਇਸ ਕਰਕੇ ਨਹੀਂ ਕੀਤਾ, ਇਹਨਾਂ ਨੇ ਆਪਦੀ ਜਾਨ ਬਚਾਈ ਹੈ, ਨਹੀਂ ਤਾਂ ਜੋ ਹਾਲ ਬੀਜੇਪੀ ਦਾ ਪਿੰਡਾਂ ਚ ਹੋ ਰਿਹਾ ਉਸ ਤੋਂ ਮਾੜਾ ਹਾਲ ਅਕਾਲੀ ਦਲ ਦਾ ਪਿੰਡਾਂ ਚ ਹੁੰਦਾ। ਸਿਕੰਦਰ ਸਿੰਘ ਮਲੂਕਾ ਵੀ ਤੁਹਾਡੇ ਖਿਲਾਫ਼ ਬੜੇ ਬੋਲਦੇ ਹੁੰਦੇ ਜਦੋਂ ਤੁਹਾਡੀ ਪਾਰਟੀ, ਕਹਿੰਦੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਦੇ, ਅੱਜ ਉਹਨਾਂ ਦਾ ਪਰਿਵਾਰ ਉਹਦੇ ਪੁੱਤ ਨੂੰ ਬੀਜੇਪੀ ਚਲੇ ਗਏ। ਦੇਖੋ ਜੀ, ਸੁਖਬੀਰ ਸਿੰਘ ਬਾਦਲ ਕੋਲੇ ਇੰਨਾ ਦਮ ਨਹੀਂ ਕਿ ਉਹ ਸਿਕੰਦਰ ਸਿੰਘ ਮਲੂਕੇ ਨੂੰ ਸ਼ੋਅ ਕੋਜ਼ ਨੋਟਿਸ ਦੇ ਕੇ ਜਾਂ ਪਾਰਟੀ ਚੋਂ ਕੱਢ ਦੇ। ਮੈਂ ਹੁਣ ਰਿਕਾਰਡ ਕਹਿ ਦਿੰਦਾ, ਸੁਖਬੀਰ ਸਿੰਘ ਬਾਦਲ ਸਿਕੰਦਰ ਸਿੰਘ ਮਲੂਕੇ ਤੋਂ ਡਰਦਾ ਪਲੱਸ ਰਾਜ਼ੀਨਾਮਾ ਦੋਨਾਂ ਦਾ,
ਕਿ ਤੂੰ ਉਧਰ ਰਹਿ ਕੇ ਆਪਦੀ ਨੂੰਹ ਨੂੰ ਇਧਰ ਭੇਜ ਕੇ ਸਾਡੇ ਨਾਲ ਸੈਟਿੰਗ ਕਰਕੇ ਇਲੈਕਸ਼ਨ ਅਸੀਂ ਜਿੱਤਣਾ ਹੀ ਜਿੱਤਣਾ, ਪਰ ਅਨਫੋਰਚੁਨੇਟਲੀ ਐਤਕੀ ਇਹਨਾਂ ਦਾ ਸੁਪਨਾ ਪੂਰਾ ਨਹੀਂ ਹੁੰਦਾ। ਉਹ ਤੁਹਾਨੂੰ ਕਹੀ ਜਾਂਦੇ ਬੀਬਾ ਹਰਸਿਮਰਤ ਕੌਰ ਕਹਿੰਦੇ ਫਿਕਸ ਮੈਚ ਇਹਨਾਂ ਦਾ ਆਪ ਤੇ ਕਾਂਗਰਸ ਦਾ ਕਹਿੰਦੇ ਵਿੱਚ, ਜੇ ਫਿਕਸ ਮੈਚ ਹੁੰਦਾ ਤੇ ਫਿਰ ਅਸੀਂ ਉਹੀ ਨਾ ਕਰ ਲੈਂਦੇ, ਗੱਠਜੋੜੀ ਨਾ ਕਰ ਲੈਂਦੇ। ਜੇ ਸੈਂਟਰਲ ਲੀਡਰਸ਼ਿਪ ਨੇ ਕਹਿੰਦੀ ਕਿ ਗੱਠਜੋੜ ਕਰੋ, ਗੱਠਜੋੜ ਕਰ ਲੈਂਦੇ। ਸਾਨੂੰ ਆਪਸ ਚ ਅੱਡ ਅੱਡ ਲੜਨ ਤੋਂ ਬਾਅਦ ਸਾਨੂੰ ਫਿਕਸ ਮੈਚ ਕਰਨ ਦੀ ਕੀ ਲੋੜ ਹੈ? ਜਿਹੜਾ ਬੰਦਾ ਆਪ ਗਿਲਟੀ ਹੋਵੇ ਨਾ ਅੰਦਰੋਂ, ਜਿਹੜੀ ਕੌਨਸ਼ੀਅਸ ਹੈ ਉਹ ਇਹਨੂੰ ਪ੍ਰਿਕ ਕਰ ਰਹੀ ਹੈ ਕਿ ਮੇਰਾ ਜਿਹੜਾ ਸਮਝੌਤਾ ਬੀਜੇਪੀ ਨਾਲ ਹੈ ਨਾ, ਉਹ ਜਗਜਾਹਰ ਹੋ ਗਿਆ, ਮੈਂ ਐਕਸਪੋਜ਼ ਹੋ ਗਈ ਹਾਂ ਆਪਦੀਆਂ ਚਾਲਾਂ ਚ। ਸੋ ਇਸ ਕਰਕੇ ਦੂਜਿਆਂ ਤੇ ਇਹ ਚਿੱਕੜ ਸਿੱਟਣ ਦੀ ਕੋਸ਼ਿਸ਼ ਕਰ ਰਹੇ ਨੇ। ਕੀ ਲੱਗਦਾ ਮਲੂਕਾ ਕਿਉਂ ਆਊਟ ਹੋ ਗਏ ਨੇ, ਕਿਉਂ ਨਹੀਂ ਪ੍ਰਚਾਰ ਕਰ ਰਹੇ? ਉਹ ਤਾਂ ਉਹਦੀ ਮਰਜ਼ੀ ਹੈ ਜੀ, ਉਹਨੂੰ ਪੁੱਛੋ, ਉਹਦਾ ਡਿਸੀਜਨ ਮੇਰਾ ਨਹੀਂ ਹੈ। ਮਨਪ੍ਰੀਤ ਸਿੰਘ ਬਾਦਲ ਵੀ ਬੀਜੇਪੀ ਦੇ ਲੀਡਰ ਨੇ, ਉਹ ਨਹੀਂ ਨਜ਼ਰ ਆਉਂਦੇ ਕਿਧਰੇ ਅੱਜ ਕੱਲ੍ਹ? ਉਹਦਾ ਤਾਂ ਵਿਲੱਖਣਾ ਹੀ ਕੰਮ ਹੈ, ਲੀਡਰ ਉਹ ਬੀਜੇਪੀ ਦਾ, ਸਪੋਰਟ ਉਹ ਅਕਾਲੀ ਦਲ ਦੀ ਕਰ ਰਿਹਾ, ਉਹਨੂੰ ਇਹੀ ਨਹੀਂ ਪਤਾ ਕਿ ਉਹ ਕਿਹੜੀ ਪਾਰਟੀ ਚ ਤੇ ਕਿਹਦੀ ਸਪੋਰਟ ਕਰਨੀ ਹੈ। ਉਹ ਕਲੀਅਰ ਕਰੇ ਨਾ ਆਪਣਾ ਸਟੇਟ, ਉਹਦੇ ਜਿੰਨੇ ਵਰਕਰ ਨੇ ਜਿਹੜੇ ਬਠਿੰਡੇ ਦੇ, ਸਾਰੇ ਅਕਾਲੀ ਦਲ ਨਾਲ ਚੱਲੇ ਹੋਏ ਨੇ, ਤੇ ਇਹਨੇ ਸੁਣਿਆ ਵਿੱਚ ਅਕਾਲੀ ਦਲ ਦਾ ਕਿ ਜਾਓ ਤੁਸੀਂ ਹਰਸਿਮਰਤ ਦੀ ਮਦਦ ਕਰੋ। ਸੋ ਇਹਦੇ ਚ ਕੀ ਲੱਗਦਾ, ਰਾਜੀਨਾਮਾ ਹੀ ਹੈ ਨਾ ਬੀਜੇਪੀ ਦਾ? ਅਕਾਲੀ ਦਲ ਤੋਂ ਇਲਾਵਾ ਆਮ ਆਦਮੀ ਪਾਰਟੀ 13-0 ਦਾ ਨਾਰਾ ਦੇ ਰਹੀ ਹੈ, ਕਹਿੰਦੇ 13-0 ਹੋਏਗਾ ਤਾਂ ਬਠਿੰਡਾ ਚ। ਭਗਵੰਤ ਮਾਨ ਗਲਤ ਕਹਿ ਕੇ 0-13 ਕਹਿਣਾ ਸੀ। ਗੁਰਮੀਤ ਸਿੰਘ ਖੁੱਡੀਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਖੇਤੀਬਾੜੀ ਮੰਤਰੀ ਵੀ ਨੇ ਮੌਜੂਦਾ ਕੈਬਨਿਟ ਦੇ ਵਿੱਚ, ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦਾ ਕਾਰਜ? ਫੀਲਡ ਮਿਨਿਸਟਰ ਕੀ ਕੰਮ ਕੀਤਾ? ਮੈਨੂੰ ਇੱਕ ਕੰਮ ਕਰਾ ਦਿਓ 2 ਸਾਲਾਂ ਚ ਜਿਹੜਾ ਗੁਰਮੀਤ ਸਿੰਘ ਖੁੱਡੀਆਂ ਨੇ ਬਤੌਰ ਐਗਰੀਕਲਚਰ ਮਿਨਿਸਟਰ ਕੀਤਾ ਹੋਵੇ, ਕੁਛ ਨਹੀਂ ਕੀਤਾ। ਸੋ ਲੋਕਾਂ ਨੂੰ ਵੀ ਪਤਾ ਹੀ ਹੈ ਜਿਹੜੀ ਚੜੂ ਵਾਲੀ ਸਰਕਾਰ ਹੈ, ਇਹਨੇ ਜਿਹੜੀਆਂ ਗਰੰਟੀਆਂ ਗਈਆਂ ਸੀ, ਕਿਹੜੀ ਗਰੰਟੀ ਪੂਰੀ ਹੋਈ ਹੈ? ਲੋਕੀ ਪਿੰਡਾਂ ਚ ਨਹੀਂ ਬਣਦੇ ਨੇ, ਸਵਾਲ ਪੁੱਛ ਰਹੇ ਨੇ। ਸੋ ਇਸ ਕਰਕੇ ਮੈਂ ਸਮਝਦਾ ਲੋਕੀ ਸਮਝਦਾਰ ਹੋ ਗਏ ਨੇ, ਐਤਕੀ ਜੋ 2022 ਕੀਤਾ ਹੁਣ ਐਤਕੀ ਨਹੀਂ ਕਰਦੇ, ਐਤਕੀ ਸਹੀ ਤਰੀਕੇ ਨਾਲ ਵੋਟਾਂ ਪਾਉਣਗੇ। ਸਿੱਧੂ ਮੂਸੇਵਾਲੇ ਦਾ ਪਰਿਵਾਰ ਵੀ ਇਨਸਾਫ਼ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ, ਲਗਾਤਾਰ ਇਨਸਾਫ਼ ਦੀ ਗੁਹਾਰ ਲੱਗਿਆ, ਨਾ ਉਹਨਾਂ ਨੂੰ ਇਨਸਾਫ਼ ਕਿਤੋਂ ਮਿਲਿਆ? ਤੁਹਾਡੇ ਉਹ ਹਲਕੇ ਦੇ ਵਿੱਚ ਨੇ, ਤੁਹਾਡੇ ਨਾਲ ਮੁਲਾਕਾਤ ਵੀ ਹੋਈ ਸੀ ਜਦੋਂ ਇੱਕ ਵਾਰ ਚਰਚਾ ਜੀ ਵੀ ਚੱਲ ਪਈ ਸੀ ਵੀ ਚੋਣ ਲੜਨਗੇ, ਫਿਰ ਉਸ ਤੋਂ ਬਾਅਦ ਸੈਟਿੰਗ ਤੁਹਾਡੀ ਗੱਲਬਾਤ ਹੋ ਗਈ, ਇਨਸਾਫ਼ ਮਿਲੇਗਾ ਕਿਸ ਤਰੀਕੇ ਦੇ ਨਾਲ ਮਿਲੇਗਾ? ਬਿਲਕੁਲ ਦੁਆਵਾਂਗੇ ਜੀ, ਇਨਸਾਫ਼ ਦੁਆਵਾਂਗੇ ਉਹਨਾਂ ਵਾਸਤੇ, ਇਨਸਾਫ਼ ਦੀ ਲੜਾਈ ਲੜਾਂਗੇ, ਮੌਕਾ ਹੁਣ ਦਿਓ ਕਰਾਂਗੇ ਕਰਾਂਗੇ। 400 ਪਾਰ ਦਾ ਨਾਰਾ ਦੇ ਰਹੀ ਹੈ ਬੀਜੇਪੀ, ਕੀ ਲੱਗਦਾ ਕਿੱਥੇ ਸਟੈਂਡ ਕਰਦੀ? 200 ਤੋਂ ਘੱਟ, 200 ਤੋਂ ਘੱਟ। ਇੰਡੀਆ ਗੱਠਜੋੜ ਦੀ ਸਰਕਾਰ ਪੱਕੀ? ਪੱਕੀ ਪੱਕੀ, 100% ਬਣੂਗੀ ਜੀ, ਮਾਹੌਲ ਬਣ ਗਿਆ। ਪਰ ਪ੍ਰਧਾਨ ਮੰਤਰੀ ਪੰਜਾਬ ਜਾ ਕੇ ਤਾਂ ਕਹਿ ਜਾਂਦੇ ਨੇ ਕਿ ਨਾ ਤੂੰ ਤਾਂ ਹਿੰਦੂਆਂ ਨੂੰ ਖਤਰਾ ਜੀ, ਇਹ ਤਾਂ ਰਾਮ ਮੰਦਿਰ ਦੇ ਬਲਡੋਜ਼ਰ ਚਲਾ ਦੇਣਗੇ ਜੀ, ਇਹਨਾਂ ਤੋਂ ਬਚਣ ਦੀ ਲੋੜ ਆ ਇੰਡੀਆ ਗੱਠਜੋੜ ਤੋਂ। ਚਲੋ ਪ੍ਰਧਾਨ ਮੰਤਰੀ ਜੀ ਬਾਰੇ ਤਾਂ ਮੈਂ ਕੋਈ ਟਿੱਪਣੀ ਨਹੀਂ ਕਰਦਾ, ਪਰ ਇੰਨੀ ਗੱਲ ਹੈ ਅਕਾਲੀ ਦਲ ਬਾਰੇ ਕੁਛ ਨਹੀਂ ਬੋਲੇ, ਪਟਿਆਲੇ ਦੀ ਰੈਲੀ ਚ ਇੱਥੋਂ ਸਾਫ਼ ਜ਼ਾਹਿਰ ਹੈ ਕਿ ਇਹਨਾਂ ਦੀ ਅੰਡਰਸਟੈਂਡਿੰਗ ਹੈ, ਸੈਟਿੰਗ ਹੈ, ਬਹੁਤ ਸੈਟਿੰਗ ਹੈ ਜੀ। ਨਹੀਂ ਤਾਂ ਪ੍ਰਧਾਨ ਮੰਤਰੀ ਪੰਜਾਬ ਚ ਆਇਆ ਹੋਵੇ, ਅਕਾਲੀ ਦਲ ਇਹਨਾਂ ਨੂੰ ਛੱਡ ਕੇ ਗਿਆ ਹੋਵੇ, ਤੇ ਪ੍ਰਧਾਨ ਮੰਤਰੀ ਨੇ ਉਲਟ ਨਾ ਬੋਲੇ, ਇਹਦਾ ਮਤਲਬ ਸਿੱਧੀ ਸੈਟਿੰਗ ਹੈ। ਉਹ ਕਹਿੰਦੇ ਨਿਮਾਣੀ ਸੇਵਾਦਾਰ ਹਬੀਬਾ ਹਰਸਿਮਰਤ ਕੌਰ ਬਾਦਲ ਦੇ ਬੋਰਡ ਵੀ ਲੱਗੇ ਹੋਏ ਨੇ, ਉਹਨਾਂ ਨਿਮਾਣੀ ਸੇਵਾਦਾਰ ਕਰ ਲੈਣ ਆਪਣੇ ਆਪ ਤੋਂ ਹੁਣ ਤੇ ਨੰਨੀ ਸਾਹਿਬ ਤੋਂ। ਉਹ ਕਹਿੰਦੇ ਕਿ ਸਿੱਖਾਂ ਨੂੰ ਖਤਰਾ ਬੀਜੇਪੀ ਤੋਂ ਤਾਂ ਕਹਿੰਦੇ, ਉਹ ਕਹਿ ਰਹੀ ਹੈ ਫਿਰ ਉਹਨੂੰ ਹੁਣ ਵੋਟਾਂ ਲੈਣੀ ਹੈ ਨਾ, ਤੇ ਕੀ ਇਹ ਗੁਰਦੁਆਰੇ ਚੜੂਗੀ ਕਿ ਜਿਹੜਾ ਕੋਈ ਇੱਥੋਂ ਜਿੱਤਦਾ ਇਲੈਕਸ਼ਨ, ਅਕਾਲੀ ਦਲ ਦਾ ਕੋਈ ਵੀ ਇਲੈਕਸ਼ਨ, ਪ੍ਰਧਾਨ ਹੈ ਜਿਹੜਾ ਸੁਖਬੀਰ ਸਿੰਘ ਬਾਦਲ, ਗੁਰਦੁਆਰੇ ਤਖ਼ਤ ਸਾਹਿਬ ਤੇ ਜਾਵੇ ਕਹੇ ਮੈਂ ਕਿਸੇ ਹਾਲਤ ਚ ਵੀ ਬੀਜੇਪੀ ਨਾਲ ਮੈਂ ਸਮਝੌਤਾ ਨਹੀਂ ਕਰੂੰਗਾ, ਕੀਤਾ ਅਕਾਲ ਤਖ਼ਤ ਸਾਹਿਬ ਤੇ ਜਾਂਦਾ ਹੈ ਕਿ ਨਹੀਂ ਜਾਂਦਾ? ਜੇ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਸੌਖਾ ਜਾਂਦਾ ਹੈ
ਫਿਰ ਤਾਂ ਸ਼ਾਇਦ ਪੰਜਾਬ ਤੇ ਸਿੱਖ ਮੰਨ ਜਾਣ ਕਿ ਵੀ ਇਹ ਬੀਜੇਪੀ ਨਾਲ ਨਹੀਂ ਰਲਣਗੇ, ਇਹ 100% ਰਲਣਗੇ ਇੱਕ ਵੀ ਸੀਟ ਜਿੱਤ, ਪਰ ਜਿੱਤਦੇ ਇੱਕ ਸੀਟ ਨਹੀਂ ਹੈ। 9 ਹਲਕੇ ਆਮ ਆਦਮੀ ਪਾਰਟੀ ਦੇ ਕੋਲ ਨੇ ਬਠਿੰਡੇ ਦੇ ਲੋਕ ਸਭਾ ਦੇ ਹਲਕੇ, ਜਿਹੇ ਦੀ ਚੁਣੌਤੀ ਮੰਨਦੇ ਹੋ? ਇਹੀ ਤਾਂ ਅੱਛੀ ਗੱਲ ਹੈ ਜੀ, ਜਿਹੜੀ 2 ਸਾਲ ਦੀ 9 ਹਲਕਿਆਂ ਦੀ ਐਂਟੀ ਇਨਕੰਬੈਂਸੀ ਹੈ ਇਹਨਾਂ ਦੀ ਐਮਐਲਏ ਦੀ, ਉਹੀ ਤਾਂ ਸਾਨੂੰ ਜਿਤਾ ਰਹੀ ਹੈ। ਲੋਕੀ ਹਰ ਐਮਐਲਏ ਤੋਂ ਦੁਖੀ ਨੇ, 2-3 ਹਲਕੇ ਤਾਂ ਇਹੋ ਜਿਹੇ ਨੇ ਉੱਥੇ ਐਮਐਲਏ ਵਰਗੇ ਕੋਈ ਨਾ ਬਠਿੰਡਾ ਦਿਹਾਤੀ ਚ, ਨਾ ਮਾਨਸੇ ਚ, ਠੀਕ ਹੈ ਨਾ, ਨਾ ਇਧਰਲੇ ਪਾਸੇ ਆਪਣਾ ਲੰਬੀ ਚ ਕੋਈ ਪਰਫੋਰਮੈਂਸ ਨੀ। ਪੁੱਛੋ ਵਾਲਾ ਤਾਂ ਉਹਦੀ ਬਿਆਨਬਾਜੀ ਸੁਣੀ ਲਈ ਤੁਸੀਂ ਕਹੀ ਜੀ ਹੈ, ਸੋ ਇਸ ਕਰਕੇ ਮੈਂ ਸਮਝਦਾ ਹੈ ਕਾਂਗਰਸ ਨੂੰ ਫਾਇਦੇਮੰਦ ਹੈ। ਪਹਿਲਾਂ ਤੁਸੀਂ ਹਰਸਿਮਰਤ ਕੌਰ ਬਾਦਲ ਲਈ ਬੜਾ ਦਿਨ ਰਾਤ ਇੱਕ ਕਰਦੇ ਸੀ, ਬਹੁਤ ਪ੍ਰਚਾਰ ਕਰਦੇ ਸੀ ਇਲਾਕੇ ਦੇ ਵਿੱਚ ਪਾਰਟੀ ਵਾਸਤੇ, ਠੀਕ ਹੈ, ਤੇ ਉਹ ਹਰਸਿਮਰਤ ਪਾਰਟੀ ਨਹੀਂ ਹੈ, ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ, ਠੀਕ ਹੈ ਨਾ, ਸੁਖਬੀਰ ਸਿੰਘ ਪ੍ਰਧਾਨ ਸੀ, ਇਹ ਇੱਕ ਕੈਂਡੀਡੇਟ ਹੈ। ਕਿੰਨਾ ਕੁ ਮਿਹਨਤ ਕੀਤੀ ਉਹਨਾਂ ਨੂੰ ਜਿਤਾਉਣ ਦੇ ਲਈ ਜਦੋਂ ਆਪਦਾ ਹਲਕਾ ਜਿਤਾਇਆ? ਚਲੋ ਛੱਡੋ, ਉਹਨੂੰ ਪਤਾ ਹੀ ਹੈ ਕਿੰਨੀ ਕੁ ਮਿਹਨਤ ਕੀਤੀ ਹੈ, ਐਮਪੀ 2014 ਚ ਬਣੀ ਮੇਰੇ ਕਰਕੇ ਸੀ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਕਾਂਗਰਸ ਦੇ ਬਠਿੰਡਾ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਸੀ ਤਾਂ ਬੜੇ ਤਿੱਖੇ ਹਮਲੇ ਨੇ ਹਰਸਿਮਰਤ ਕੌਰ ਬਾਦਲ ਤੇ ਕੀਤੇ ਨੇ, ਸੁਖਬੀਰ ਸਿੰਘ ਬਾਦਲ ਤੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਪ ਦੀ ਸ਼ਾਨਦਾਰ ਜਿੱਤ ਹੋਵੇਗੀ, ਬਠਿੰਡਾ ਦੀ ਸੀਟ ਵੀ ਜਿੱਤਾਂਗੇ, ਤਾਂ ਬੀਜੇਪੀ ਤੇ ਵੀ ਤਿੱਖੇ ਹਮਲੇ ਕੀਤੇ ਗਏ ਨੇ, ਤਾਂ ਪੰਜਾਬ ਦੀ ਸਿਆਸਤ ਇਸ ਸਮੇਂ ਪੱਕ ਚੁੱਕੀ ਆ, ਪ੍ਰਚਾਰ ਆਖਰੀ ਚਰਨ ਤੇ ਪਹੁੰਚ ਚੁੱਕਿਆ। ਜਿਸ ਤਰ੍ਹਾਂ ਗਰਮੀ ਦਾ ਪਾਰਾ ਚੜਿਆ ਹੋਇਆ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਸਿਆਸਤ ਦਾ ਪਾਰਾ ਵੀ ਲਗਾਤਾਰ ਚੜਿਆ ਪਿਆ ਹੈ। ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੋੜੇ, ਰੋਜ਼ਾਨਾ ਸਪੋਕਸਮੈਨ, TV ਬਠਿੰਡਾ।